ਸਤਿ ਸ੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਗੱਲ ਕਰੂੰਗਾ ਗੁਲੀ ਡੰਡੇ ਦੇ ਆਮ ਗੁਣ ਤੇ ਪਛੇਤੀ ਕਣਕ ਦੇ ਵਿੱਚ ਗੁਲੀ ਡੰਡਾ ਕਿਉਂ ਹੁੰਦਾ ਤੇ ਇਸ ਵਿਸ਼ੇ ਦੇ ਉੱਪਰ ਆਪਾਂ ਸਹਾਇਤਾ ਲਵਾਂਗੇ ਸਕਰੀਨ ਤੇ ਦਿਖਾਈ ਗਈ ਖੋਜ ਜਿਹੜੀ ਕਿ ਹਰਬੀਸਾਈਡ ਰੈਜ਼ਿਸਟੈਂਟ ਫਲਰਸ ਮਾਈਨਰ ਇਨ ਵੀਟ ਅ ਸਸਟੇਨੇਬਿਲਿਟੀ ਇਸ਼ੂ ਅਸ਼ੋਕ ਯਾਦਵ ਤੇ ਆਰ ਕੇ ਮਲਿਕ ਦੁਆਰਾ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਹਿਸਾਰ ਵੱਲੋਂ ਇੱਕ ਕਿਤਾਬ ਚਾ ਛਾਪਿਆ ਗਿਆ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਗੁੱਲੀ ਡੰਡੇ ਦੇ ਗੁਣਾਂ ਬਾਰੇ ਇਸ ਦੇ ਵਿੱਚ ਛੋਟੀ ਸਟੇਜ ਦੇ ਉੱਪਰ ਇਹਦੇ ਹਰੇ ਤੇ ਨੀਲੇ ਛੋਟੇ ਪੱਤੇ ਹੁੰਦੇ ਨੇ 50 ਦਿਨ ਤੱਕ ਹੀਟਲੇ ਪਾਸਿਓਂ ਇਹਦਾ ਤਣਾ ਗੁਲਾਬੀ ਰੰਗ ਦਾ ਹੁੰਦਾ ਹੈ ਸ਼ੁਰੂਆਤੀ ਜਿਹੜੀ ਇਹਦੀ ਗ੍ਰੋਥ ਹੈ ਉਹ ਹੌਲੀ ਹੁੰਦੀ ਹੈ ਇਸ ਦੀਆਂ ਜਿਹੜੀਆਂ ਇੰਟਰਨੋਡਸ ਅੰਤਰਗੰਢਾ ਹੁੰਦੀਆਂ ਨੇ ਉਹਦੀ ਲੰਬਾਈ ਹੈ ਜਿਹੜੀ ਉਹ ਕਣਕ ਨਾਲੋਂ ਜ਼ਿਆਦਾ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ 8 ਤੋਂ 9 ਸੈਂਟੀਮੀਟਰ ਲੰਬਾ ਇਸ ਦੇ ਵਿੱਚ ਬੱਲੀ ਆਉਂਦੀ ਹੈ ਜਿਦੇ ਵਿੱਚ 300 ਤੋਂ 450 ਬੀਜ ਹੁੰਦਾ ਤੇ ਇਹਦੇ ਜਿਹੜੇ ਦਾਣੇ ਨੇ ਉਹ ਕਾਲੇ ਰੰਗ ਦੇ ਤੇ ਓਵਲ ਸ਼ੇਪਡ ਅੰਡਾਕਾਰ ਹੁੰਦੇ ਨੇ ਹੁਣ ਆਪਾਂ ਇਹਦੇ ਵਿੱਚ ਗੱਲ ਕਰਦੇ ਆ ਆ ਇਹਦੀ ਜਰਮੀਨੇਸ਼ਨ ਬਾਰੇ ਜਿਹੜੀ ਨਵੰਬਰ ਤੋਂ ਜਨਵਰੀ ਤੱਕ ਹੁੰਦੀ ਰਹਿੰਦੀ ਹੈ ਤੇਦੀ ਜਿਹੜੀ ਮੈਜੋਰਟੀ ਹੈ ਪੱਕਣ ਦਾ ਸਮਾਂ ਇਹਦਾ ਮਾਰਚ ਤੇ ਅਪ੍ਰੈਲ ਹੈ। ਤਾਪਮਾਨ ਇਹਦੇ ਵਾਸਤੇ 10 ਤੋਂ 20 ਡਿਗਰੀ ਜਰਮੀਨੇਸ਼ਨ ਲਈ ਜ਼ਰੂਰੀ ਹੁੰਦਾ ਹੈ। ਤੇ ਇਸ ਦੇ ਵਿੱਚ ਸਵੈ ਪ੍ਰਾਗਣ ਆਦੀ ਪ੍ਰਕਿਰਿਆ ਨਾਲ ਬੀਜ ਪੈਦਾ ਹੁੰਦੇ ਨੇ। ਇਹ ਸੀ ਗੁੱਲੀ ਡੰਡੇ ਬਾਰੇ ਆਮ ਜਾਣਕਾਰੀ ਤੇ ਅਗਲੀ ਗੱਲ ਪਛੇਤੀ ਕਣਕ ਦੇ ਵਿੱਚ ਜਿਹੜਾ ਗੁੱਲੀ ਡੰਡਾ ਹੈ ਉਹ ਜਾਦੇ ਕਿਉਂ ਉੱਕਦਾ ਹੈ? ਤਾਂ ਖੋਜਾਂ ਦਸਦੀਆਂ ਨੇ ਜਿਹੜੀਆਂ ਅਕਤੂਬਰ ਦੇ ਅੰਤ ਤੇ ਨਵੰਬਰ ਦੇ ਸ਼ੁਰੂਆਤ ਦੇ ਵਿੱਚ ਕਣਕ ਦੀ ਬਿਜਾਈ ਹੁੰਦੀ ਹੈ ਤਾਂ ਉਸ ਦੇ ਵਿੱਚ ਕਣਕ ਉੱਗਣ ਨੂੰ 5 ਤੋਂ 6 ਦਿਨ ਲੱਗਦੇ ਨੇ ਜਦੋਂ ਕਿ ਗੁਲੀ ਡੰਡਾ ਜਿਹੜਾ ਇਹ 10 ਤੋਂ 11 ਦਿਨਾਂ ਦੇ ਵਿੱਚ ਉੱਗ ਪੈਂਦਾ ਤੇ ਇਸ ਤੋਂ ਦੂਸਰੇ ਪਾਸੇ ਜੇਕਰ ਆਪਾਂ ਲੇਟ ਨਵੰਬਰ ਤੇ ਦਸੰਬਰ ਦੇ ਵਿੱਚ ਪੀਜੀਆਂ ਹੋਈਆਂ ਕਣਕਾਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜਿਹੜੀ ਕਣਕ ਹੈ ਉਹ ਆ 8 ਤੋਂ 10 ਦਿਨ ਲੈਂਦੀ ਹੈ ਤੇ ਜਿਹੜਾ ਫੈਲਰਿਸ ਮਾਈਨਰ ਜਾਨੀ ਕਿ ਗੁੱਲੀ ਰੰਡਾ ਹੈ ਇਹ 12 ਦਿਨ ਉੱਗਣ ਲਈ ਲੈਂਦਾ ਹੁਣ ਜੇ ਇਸ ਨੂੰ ਆਪਾਂ ਵਿਸਥਾਰ ਦੇ ਰੂਪ ਦੇ ਵਿੱਚ ਸਟੱਡੀ ਕਰੀਏ ਤਾਂ ਆ ਦੇਖੋ ਦੂਸਰੇ ਹਫਤੇ ਨਵੰਬਰ ਦੇ ਜੇ ਆਪਾਂ ਬਜਾਈ ਕਰਦੇ ਹਾਂ ਤਾਂ ਕਣਕ 5 ਤੋਂ 6 ਦਿਨ ਤੇ ਗੁੱਲੀ ਰੰਡਾ 10 ਦਿਨ ਲੈਂਦਾ ਨਵੰਬਰ ਦੇ ਅੰਤ ਦੇ ਵਿੱਚ ਦੇਖੀਏ ਤਾਂ ਕਣਕ 7 ਤੋਂ 8 ਦਿਨ ਉਗਣ ਲਈ ਲੈਂਦੀ ਹੈ ਤੇ ਗੁੱਲੀ ਰੰਡਾ 8 ਤੋਂ 11 ਦਿਨ ਤੇ ਦਸੰਬਰ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਕਣਕ 8 ਤੋਂ 9 ਦਿਨ ਤੇ ਗੁੱਲੀ ਰੰਡਾ 12 ਦਿਨ ਉਗਣ ਲਈ ਲੈਂਦਾ ਤਾਂ ਨਵੰਬਰ ਤੇ ਸ਼ੁਰੂਆਤੀ ਹਫ਼ਤੇ ਤੇ ਦਸੰਬਰ ਦੇ ਅੰਤਲੇ ਹਫ਼ਤੇ ਤੱਕ ਜਾਂਦੇ ਜਾਂਦੇ ਜੇ ਆਪਾਂ ਦੇਖਦੇ ਆ ਤਾਂ ਇਹਦੇ ਵਿੱਚ ਜਿਹੜੀ ਕਣਕ ਹੈ ਇਹ ਤਾਂ ਉਗਣ ਦਾ ਸਮਾਂ ਜਿਹੜਾ ਉਹ ਲੇਟ ਹੁੰਦਾ ਜਾਂਦਾ ਗੁੱਲੀ ਰੰਡੇ ਦਾ ਵੀ ਹੁੰਦਾ ਪਰ ਉਹ ਨਾਲ ਨਹੀਂ ਤਾਂ ਗੁਲੀ ਡੰਡਾ ਕਿਉਂ ਉੱਗਦਾ ਕਿਉਂਕਿ ਕਣਕ ਤੇ ਗੁਲੀ ਡੰਡੇ ਦੇ ਵਿੱਚ ਉੱਗਣ ਦੇ ਵਿੱਚ ਜਿਹੜਾ ਦਿਨਾਂ ਦਾ ਫਾਸਲਾ ਉਹ ਘਟ ਜਾਂਦਾ ਤਾਂ ਗੁਲੀ ਡੰਡਾ ਕਣਕ ਦੇ ਨਾਲ ਹੀ ਉੱਗ ਪੈਂਦਾ ਨਵੰਬਰ ਦੇ ਵਿੱਚ ਮੀਂਹਣ ਦਾ ਇਹ ਫਾਇਦਾ ਹੁੰਦਾ ਹੈ ਕਿ ਕਣਕ ਪਹਿਲਾਂ ਉੱਗ ਪੈਂਦੀ ਹੈ ਤੇ ਇਹ ਤੇ ਇਹ ਗੁਲੀ ਡੰਡੇ ਦੇ ਉੱਪਰ ਭਾਰੂ ਹੋ ਜਾਂਦੀ ਹੈ ਤੇ ਕੰਪੀਟੀਸ਼ਨ ਦੇ ਵਿੱਚ ਵੀ ਜਾਨੀ ਕਿ ਜਿਹੜੇ ਤਤਾਂ ਨੂੰ ਪ੍ਰਾਪਤ ਕਰਨ ਦਾ ਕੰਪੀਟੀਸ਼ਨ ਹੈ ਉਸ ਦੇ ਵਿੱਚ ਵੀ ਇਹ ਗੁਲੀ ਰੰਡੇ ਤੋਂ ਅੱਗੇ ਨਿਕਲ ਜਾਂਦੀ ਹੈ ਤੇ ਪ੍ਰਕਾਸ਼ ਸੰਸਲੇਸ਼ਨ ਦੇ ਵਿੱਚ ਵੀ ਗੁਲੀ ਰੰਡੇ ਦੇ ਉੱਪਰ ਇਹ ਵੱੱਚ ਪ੍ਰਭਾਵ ਪਾਉਂਦੀ ਹੈ ਇਸੇ ਤਰੀਕੇ ਨਾਲ ਤਾਪਮਾਨ ਦਾ ਬਹੁਤ ਵੱਡਾ ਹੱਥ ਹੈ ਗੁਲੀ ਰੰਡੇ ਦੇ ਉਗਰਨ ਦੇ ਵਿੱਚ ਜਿਦੇ ਚਾਫਾ ਦੇਖੀਏ ਲੇਟ ਅਕਤੂਬਰ ਤੋਂ अर्ਲੀ ਨਵੰਬਰ ਤੱਕ 11 ਤੋਂ 30 ਡਿਗਰੀ ਤਾਪਮਾਨ ਆਪਣੇ ਕੋਲ ਰਹਿੰਦਾ ਤੇ ਲੇਟ ਨਵੰਬਰ ਤੋਂ अर्ਲੀ ਦਸੰਬਰ ਤੱਕ ਇਹ 7 ਡਿਗਰੀ ਤੋਂ ਲੈ ਕੇ 25 ਡਿਗਰੀ ਸੈਲਸੀਅਸ ਤੱਕ 플ਕਚੂਏਟ ਕਰਦਾ ਤਾਂ ਹੁਣ ਜੇ ਆਪਾਂ ਦੇਖੀਏ ਇਹ ਇਹਨਾਂ ਤਾਪਮਾਨਾਂ ਦੇ ਹਿਸਾਬ ਨਾਲ ਤੇ 20 ਡਿਗਰੀ ਸੈਲਸੀਅਸ ਦੇ ਉੱਪਰ 82 ਤੋਂ 92% ਤੱਕ ਗੁਲੀ ਰੰਡਾ ਜਰਮੀਨੇਟ ਹੋ ਜਾਂਦਾ ਜਿੰਨਾ ਉਹਦਾ ਬੀ ਪਿਆ ਜੇਕਰ ਤਾਪਮਾਨ 10 ਡਿਗਰੀ ਸੈਲਸੀਅਸ ਰਹਿੰਦਾ ਐਵਰੇਜ ਤਾਂ 15 ਤੋਂ 48% ਤੱਕ ਜਰਮੀਨੇਸ਼ਨ ਹੁੰਦੀ ਹੈ 3 ਡਿਗਰੀ ਸੈਲਸੀਅਸ ਤੇ 26 ਤੋਂ 31% ਤੱਕ ਜਰਮੀਨੇਸ਼ਨ ਹੋ ਜਾਂਦੀ ਹੈ ਜੇ 30 ਡਿਗਰੀ ਸੈਲਸੀਅਸ ਤੋਂ ਉੱਪਰ ਦਾਪਮਾਨ ਜਾਂਦਾ ਜਿਵੇਂ ਕਿ ਅਕਤੂਬਰ ਦੇ ਅੰਤ ਤੇ ਨਵੰਬਰ ਦੇ ਸ਼ੁਰੂ ਚ ਪਹੁੰਚ ਜਾਂਦਾ ਤਾਂ ਉੱਥੇ 0% ਚਾਂਸ ਨੇ ਜਰਮੀਨੇਸ਼ਨ ਦੇ 5 ਡਿਗਰੀ ਸੈਲਸੀਅਸ ਤੋਂ ਹੇਠਾਂ ਦੇ તાਪਮਾਨ ਹੋਵੇ ਤਾਂ ਵੀ 0 0% ਚਾਂਸ ਨੇ ਜਰਮੀਨੇਸ਼ਨ ਹੋਣ ਦੇ ਇਸ ਤੋਂ ਅਗਲੀ ਗੱਲ ਹੈ ਡੁੰਗਾਈ ਦੀ 4 ਤੋਂ 5 ਸੈਂਟੀਮੀਟਰ ਡੂੰਗਾ ਜਿਹੜਾ ਗੁਲੀ ਰੰਡਾ ਉਹ ਉੱਗ ਪੈਂਦਾ ਜੇਕਰ 5 ਸੈਂਟੀਮੀਟਰ ਤੋਂ ਹੇਠਾਂ ਜਮ ਗੁਲੀ ਰੰਡਾ ਜਿਵੇਂ ਜਿਵੇਂ ਪਿਆ ਉਹਦੇ ਉੱਗਣ ਦੇ ਘੱਟ ਚਾਂਸ ਨੇ 1 ਤੋਂ 5 ਸੈਂਟੀਮੀਟਰ ਤੱਕ 76% ਗੁਲੀ ਰੰਡਾ ਉੱਗਣ ਦੇ ਚਾਂਸ ਨੇ ਜਿਹੜਾ ਉੱਪਰ ਪਰਲੀ ਪਰਤਾਂ 'ਚ ਪਿਆ 5 ਤੋਂ 10 ਸੈਂਟੀਮੀਟਰ ਤੱਕ 38% ਚਾਂਸ ਨੇ 10 ਤੋਂ 15 ਸੈਂਟੀਮੀਟਰ ਤੱਕ ਸਿਰਫ 16% ਚਾਂਸ ਨੇ ਤੇ ਇਸ ਤਰੀਕੇ ਨਾਲ ਬੀਜ ਇਹਦਾ ਜਿਵੇਂ ਜਿਵੇਂ ਡੂੰਘਾ ਜਾਂਦਾ ਜਾਊਗਾ ਹੋਮਿਓਮੇ ਇਹ ਦੇਖੋ ਡੁੱਗਣ ਦੇ ਚਾਂਸ ਜਿਹੜੇ ਉਹ ਘਟ ਜਾਂਦੇ ਹਨ ਅਗਲਾ ਮੌਇਸਚਰ ਜਿਵੇਂ ਨਮੀ ਹੈ ਜਿਹੜੇ ਉੱਪਰਲੀ ਪਰਤ ਦੇ ਵਿੱਚ ਨਮੀ ਹੈ ਇਸੇ ਕਰਕੇ ਜਿਵੇਂ ਆਪਾਂ ਆਮ ਤੌਰ ਤੇ ਕਹਿੰਦੇ ਆ ਕਿ ਫਲ ਬਣਾ ਕੇ ਬੀਜੋ ਜਾਨੀ ਕਿ ਉੱਪਰਲੀ ਪਰਤਾਂ ਜਿਹੜੀ ਉਹ ਕੌਸ਼ਕ ਰਹੇ ਜਿਹਦੇ ਕਰਕੇ ਗੁੱਲੀ ਡੰਡਾ ਜਿਹੜਾ ਉਹ ਨਹੀਂ ਡੁੱਗਦਾ ਤਾਂ ਜਿਹੜੀ ਨਮੀ ਹੈ ਉਸ ਦਾ ਬਹੁਤ ਵੱਡਾ ਹੱਥ ਹੈ ਗੁੱਲੀ ਡੰਡੇ ਦੇ ਯੋਗਦਾਨ ਦੇ ਵਿੱਚ ਆ ਪਿਛੇ ਹੁਣ ਜਿਹੜੀ ਵਰਖਾ ਹੋਈ ਹੈ ਇਹਦਾ ਪ੍ਰਭਾਵ ਵੀ ਜ਼ਰੂਰ ਪਏਗਾ ਗੁਲੀ ਰੰਡੇ ਨੂੰ ਉਗਰਨ ਦੇ ਵਿੱਚ ਕਿਉਂਕਿ ਜੇ ਅਸੀਂ ਪਲ ਬਣਾ ਕੇ ਬੀਜੀ ਹੈ ਤਾਂ ਜੇ ਕਰ ਦਰਮਿਆਨੀ ਜਾਂ ਹਲਕੀ ਵਰਖਾ ਕਿਤੇ ਹੋਈ ਹੈ ਆ ਕਰੰਟ ਦੀ ਸਮੱਸਿਆ ਜਾਦੇ ਵਰਖਾ ਨਾਲ ਜ਼ਰੂਰ ਆਉਂਦੀ ਹੈ ਪਰੰਤੂ ਜੇ ਥੋੜੀ ਬਹੁਤ ਵਰਖਾ ਹੋਈ ਹੈ ਤਾਂ ਉਹਦੇ ਨਾਲ ਗੁਲੀ ਰੰਡਾ ਉਗਣ ਦੀ ਸਮੱਸਿਆ ਜ਼ਰੂਰ ਆਉਗੀ ਹੁਣ ਜਿਹੜਾ ਇਹਦਾ ਬੀਜ ਕਿਤੇ ਥੱਲੇ ਪਿਆ ਤੇ ਜਾਂ ਹੁਣ ਇਹ ਸੀਜ਼ਨ ਦੇ ਵਿੱਚ ਇਹਦਾ ਬੀਜ ਆਊਗਾ ਤਾਂ ਇਹਦਾ ਬੀਜ ਜਿਹੜਾ ਹੈਗਾ 12 ਮਹੀਨੇ ਬੜੇ ਆਰਾਮ ਨਾਲ ਡੋਰਮੈਂਟ ਰਹਿੰਦਾ ਜਾਨੀ ਕਿ ਪਿਆ ਰਹਿੰਦਾ ਧਰਤੀ ਦੇ ਵਿੱਚ ਉਹ ਗਲਦਾ ਨਹੀਂ ਤੇ ਉਹ ਹੌਲੀ-ਹੌਲੀ ਅਗਲੇ ਸੀਜ਼ਨ ਦੇ ਵਿੱਚ ਜਾ ਕੇ ਜਿਹੜਾ ਉੱਪਰਲੀ ਪਾਸੇ ਆਜੂਗਾ ਉੱਪਰਲੀ ਸਤਾ ਦੇ ਉੱਤੇ ਆਜੂਗਾ ਉਹ ਬੀਜੇ ਦਾ ਉਗਰ ਆਊਗਾ ਜੇਕਰ ਇਹਨੂੰ ਫੇਵਰੇਬਲ ਜਿਹੜੀਆਂ ਆ ਕੰਡੀਸ਼ਨਸ ਜਿਹੜੀਆਂ ਆਪਾਂ ਨੇ ਹੁਣ ਦੱਸੀਆਂ ਨੇ ਵੀ ਇਨ੍ਹਾਂ ਹਾਲਾਤਾਂ ਦੇ ਵਿੱਚ ਗੁਲੀ ਠੰਡਾ ਜਿਹੜਾ ਉਹ ਆ ਜ਼ਿਆਦਾ ਉਗਦਾ ਤਾਂ ਹੁਣ ਅਸੀਂ ਕਰ ਕੀ ਸਕਦੇ ਆ ਜਿੱਥੋਂ ਤੱਕ ਹੋ ਸਕਦਾ ਆ ਭੜ ਬਣਾ ਕੇ ਜਿਹੜੀ ਕਣਕ ਉਹ ਬੀਜੀ ਜਾਵੇ ਭਾਵੇਂ ਪਛੇਤੀ ਹੋਈ ਆ ਤੇ ਦੂਸਰੇ ਨੰਬਰ ਦੇ ਉੱਪਰ ਜਿਹੜਾ ਬੀਜ ਐ ਉਹ ਜ਼ਿਆਦਾ ਪਾਇਆ ਜਾਵੇ ਜਿੰਨਾ ਬੀਜ ਜ਼ਿਆਦਾ ਹੋਊਗਾ ਉਹਨਾਂ ਕੰਪੀਟੀਸ਼ਨ ਦੇ ਵਿੱਚ ਗੁੱਲੀ ਟੰਡਾ ਘਟ ਆਊਗਾ ਤੇ ਉਹਨੂੰ ਫੋਟੋਸਿੰਥੇਸਿਸ ਲਈ ਜਗ੍ਹਾ ਘਟ ਮਿਲੂਗੀ ਅੱਗੇ ਜਿਹੜੀ ਇਹਦੀ ਬੀਜ ਤੋਂ ਬੀਜ ਦੀ ਦੂਰੀ ਆ ਜਾਂ ਇੱਕ ਖੋੜ ਤੋਂ ਦੂਜੇ ਖੋੜ ਦੀ ਦੂਰੀ ਆ ਓਹੋ ਕੱਟ ਕੀਤੀ ਜਾ ਸਕਦੀ ਹੈ ਦੂਰੀ ਪਿਜਾਈ ਨਾਲ ਵੀ ਗੁਲੀ ਡੰਡੇ ਨੂੰ ਉੱਗਣ ਲਈ ਜਗਾ ਤੇ ਫੋਟੋਸਿੰਥਸਿਸ ਦੀ ਕਮੀ ਕਾਰਨ ਕੱਟ ਉੱਗਦਾ 0 ਟ੍ਰੈਲ ਦੀ ਪਿਜਾਈ ਵੀ ਗੁਲੀ ਡੰਡੇ ਨੂੰ ਕੰਟਰੋਲ ਕਰਨ ਦੇ ਵਿੱਚ ਕੁਝ ਹੱਦ ਤੱਕ ਕਾਰਗਰ ਸਾਬਤ ਹੁੰਦੀ ਹੈ ਇਸ ਦੇ ਨਾਲ ਇੱਕ ਬੈਡ ਬਣਾ ਕੇ ਜੇ ਪਿਜਾਈ ਕੀਤੀ ਜਾਵੇ ਤਾਂ ਉਹਦੇ ਵਿੱਚ ਵੀ ਗੁਲੀ ਡੰਡੇ ਨੂੰ ਕੰਟਰੋਲ ਕਰ ਸਕਦੇ ਹਾਂ ਕਿਉਂਕਿ ਉਹਦੇ ਚ ਪਾਣੀ ਹੈ ਜਿਹੜਾ ਉਹ ਸਾਈਡਾਂ ਤੋਂ ਅੰਦਰ ਵੱਲ ਨੂੰ ਆਉਣਾ ਹੈ ਬਾਕੀ ਜੇਕਰ ਉੱਗਦਾ ਤਾਂ ਕੈਮੀਕਲ ਕੰਟਰੋਲਸ ਬਾਰੇ ਅੱਗੇ ਵੀਡੀਓ ਦੇ ਵਿੱਚ ਗੱਲ ਕਰੂੰਗਾ ਅੱਜ ਲਈ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ